ਫਾਜ਼ਿਲਕਾ ਦੇ ਵਾਰਡ ਨੰਬਰ 21 ਤੋਂ ਐਮਸੀ ਪੂਜਾ ਲੂਥਰਾ ਸਿਦੇਵਾ ਵੱਲੋਂ ਅੱਜ ਇੰਟਰਨੈਸ਼ਨਲ ਨਰਸ ਡੇ ਦੇ ਮੌਕੇ ਤੇ ਸਿਵਲ ਹਸਪਤਾਲ ਪਹੁੰਚ ਕੇ ਵੰਡੇ ਨਰਸਾਂ ਨੂੰ ਗਿਫਟ ਦਿੱਤੀ ਇੰਟਰਨੈਸ਼ਨਲ ਨਰਸ ਡੇ ਦੀ ਵਧਾਈ। ਫਾਜ਼ਿਲਕਾ ਦੇ ਵਿੱਚ ਅੱਜ ਵਾਰਡ ਨੰਬਰ 21 ਤੋਂ ਐਮਸੀ ਪੂਜਾ ਲੂਥਰਾ ਸਿਦੇਵਾ ਵੱਲੋਂ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਨਰਸਿੰਗ ਸਟਾਫ ਨੂੰ ਇੰਟਰਨੈਸ਼ਨਲ ਨਰਸ ਡੇ ਦੇ ਮੌਕੇ ਤੇ ਵਧਾਈ ਦਿੱਤੀ ਗਈ। ਇਸ ਦੇ ਨਾਲ ਹੀ ਉਹਨਾਂ ਵੱਲੋਂ ਨਰਸਿੰਗ ਸਟਾਫ ਨੂੰ ਗਿਫਟ ਵੀ ਦਿੱਤੇ ਗਏ। ਉਹਨਾਂ ਨੇ ਕਿਹਾ ਕਿ ਫਾਜ਼ਿਲਕਾ ਦੇ ਵਿੱਚ ਕਰੋਨਾ ਕਾਲ ਦੇ ਅੰਦਰ ਨਰਸਿੰਗ ਸਟਾਫ ਵੱਲੋਂ ਆਪਣੀਆਂ ਉਲੇਖਨੀਆਂ ਸੇਵਾਵਾਂ ਦਿੱਤੀਆਂ ਗਈਆਂ, ਜਿਸ ਦੇ ਚੱਲਦੇ ਉਹ ਅੱਜ ਇੰਟਰਨੈਸ਼ਨਲ ਨਰਸ ਡੇ ਦੇ ਮੌਕੇ ਤੇ ਉਹਨਾਂ ਦਾ ਧੰਨਵਾਦ ਕਰਨ ਦੇ ਲਈ ਇੱਥੇ ਪਹੁੰਚੇ ਹਨ। ਉਧਰ ਨਰਸਿੰਗ ਸਟਾਫ ਵੱਲੋਂ ਵੀ ਇੱਥੇ ਪਹੁੰਚੇ ਵਾਰਡ ਨੰਬਰ 21 ਤੋਂ ਐਮਸੀ ਪੂਜਾ ਲੂਥਰਾ ਸਿਦੇਵਾ ਦਾ ਧੰਨਵਾਦ ਕੀਤਾ ਗਿਆ। ਫਾਜ਼ਿਲਕਾ ਦੇ SMO ਵੱਲੋਂ ਵੀ ਨਰਸਿੰਗ ਸਟਾਫ ਨੂੰ ਵਧਾਈ ਦਿੱਤੀ ਗਈ। ਕੀ ਕਹੋਗੇ ਅੱਜ ਦੇ ਗਿਫਟ ਵੰਡੇ ਨਰਸਾਂ ਨੂੰ? ਅੱਜ ਇੰਟਰਨੈਸ਼ਨਲ ਨਰਸ ਡੇ ਤੇ ਮੈਂ ਸਾਰੇ ਆਪਣੇ ਨਰਸਿਸ ਨੇ ਮੈਂ ਉਹਨਾਂ ਨੂੰ ਸੈਲਿਊਟ ਕਰਦੀ ਹਾਂ ਕਿ ਉਹ ਇੰਨਾ ਕ੍ਰੂਸ਼ੀਅਲ ਟਾਈਮ ਦੇ ਵਿੱਚ, ਕਰੋਨਾ ਟਾਈਮ ਦੇ ਵਿੱਚ ਸਰਵਿਸ ਦੇ ਰਹੇ ਨੇ, ਕਿਉਂਕਿ ਇਸ ਟਾਈਮ ਹਰੇਕ ਪਰਸਨ ਨੇ ਇਹ ਕਿ ਆਪਣੇ ਆਪ ਨੂੰ ਬਚਾਉਣ ਵਾਸਤੇ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਘਰਾਂ ਵਿੱਚ ਰਹੀਏ। ਪਰ ਜੋ ਇਹਨਾਂ ਦੀ ਡਿਊਟੀ ਹੈ ਔਰ ਜੋ ਇਹ ਕੰਮ ਕਰ ਰਹੇ ਨੇ ਸੇਵਾ ਦਾ, ਅਤੇ ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਕਰਦੀ ਹਾਂ ਅਤੇ ਮੈਂ ਰੱਬ ਨੂੰ ਪ੍ਰੇ ਕਰਦੀ ਹਾਂ ਕਿ ਜਲਦੀ ਇਹ ਕਰੋਨਾ ਮਹਾਂਮਾਰੀ ਸਾਡੀ ਦੁਨੀਆ ਤੋਂ ਖਤਮ ਹੋ ਜਾਵੇ ਅਤੇ ਸਾਡਾ ਦੇਸ਼ ਫਿਰ ਤੋਂ ਉਵੇਂ ਹੀ ਖੁਸ਼ਹਾਲ ਹੋ ਜਾਵੇ। ਕੀ ਕਹੋਗੇ? ਮੈਨੂੰ ਬਹੁਤ ਪ੍ਰਾਊਡ ਹੈ ਵੀ ਮੈਂ ਇੱਕ ਨਰਸ ਹਾਂ ਔਰ ਮੈਂ ਮਰੀਜ਼ਾਂ ਦੀ ਸੇਵਾ ਕਰ ਰਹੀ ਹਾਂ, ਅਤੇ ਇਹ ਦਿਨ ਤਾਂ ਸਾਡੇ ਵਾਸਤੇ ਬਹੁਤ ਹੀ ਮਹੱਤਵਪੂਰਨ ਹੈ ਜੀ। ਕੀ ਦਿੱਕਤਾਂ ਆਉਂਦੀਆਂ ਨੇ ਤੁਹਾਨੂੰ ਕੰਮ ਕਰਨ ਦੇ ਵਿੱਚ? ਦਿੱਕਤਾਂ ਤਾਂ ਕਈ ਵਾਰੀ ਬਹੁਤ ਆਉਂਦੀਆਂ ਨੇ, ਪਰ ਫਿਰ ਵੀ ਅਸੀਂ ਆਪਣਾ ਕੰਮ ਕਰੀ ਜਾਂਦੇ ਹਾਂ, ਦਿੱਕਤਾਂ ਨੂੰ ਪਾਸੇ ਰੱਖ ਕੇ ਵੀ ਅਸੀਂ ਆਪਣਾ ਕੰਮ ਕਰੀ ਜਾਂਦੇ ਹਾਂ। ਅੱਜ ਤੁਹਾਨੂੂੰ ਆਮ ਆਦਮੀ ਪਾਰਟੀ ਦੇ MC ਪੂਜਾ ਲੂਥਰਾ ਸਿਦੇਵਾ ਵੱਲੋਂ ਗਿਫਟ ਦਿੱਤੇ ਗਏ ਨੇ ਔਰ ਵਧਾਈ ਦਿੱਤੀ ਗਈ, ਕਿਸ ਤਰ੍ਹਾਂ ਦਾ ਲੱਗਿਆ? ਸਾਨੂੰ ਬਹੁਤ ਅੱਛਾ ਲੱਗਿਆ, ਇਹਨਾਂ ਨੇ ਸਾਡਾ ਸਾਨੂੰ ਸਨਮਾਨਿਤ ਕੀਤਾ, ਚਲੋ ਸਾਡੇ ਬਾਰੇ ਸੋਚਿਆ, ਇਸ ਵਾਸਤੇ ਸਾਨੂੰ ਅੱਜ ਬਹੁਤ ਹੀ ਅੱਛਾ ਲੱਗਿਆ, ਇਹਨਾਂ ਨੇ ਸਾਨੂੰ ਸਨਮਾਨਿਤ ਕੀਤਾ। ਇੰਟਰਨੈਸ਼ਨਲ ਨਰਸਿੰਗ ਡੇ ਤੇ ਮੈਂ ਆਪਣੇ ਸਟਾਫ ਵੱਲੋਂ ਅਤੇ ਮੇਰੇ ਵੱਲੋਂ ਆਪਣੇ ਸਾਰੇ ਜਿਹੜੇ ਨਰਸਿੰਗ ਸਿਸਟਰ, ਬਾਕੀ ਨਰਸਿੰਗ ਸਟਾਫ, ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਉਹਨਾਂ ਨੇ ਚਾਹੇ ਕੋਈ ਵੀ ਦਿਨ ਹੋਵੇ, ਕਿਸੇ ਤਰ੍ਹਾਂ ਦੀ ਵੀ ਡਿਫੀਕਲਟੀ ਹੋਵੇ, ਉਹਨਾਂ ਨੇ ਬਹੁਤ ਆਪਦਾ ਜਿਹੜਾ ਕੰਮ ਹੈ ਉਹ ਤਹਿ ਦਿਲੀ ਨਾਲ, ਤਨਦੇਹੀ ਨਾਲ ਨਿਭਾਇਆ। ਉਹਨਾਂ ਨੇ ਈਵਨ ਕਰੋਨਾ ਦੇ ਕੋਵਿਡ ਪੋਜ਼ਿਟਿਵ ਵੀ ਆ ਗਏ ਸੀ, ਉਹਨਾਂ ਨੇ ਥੋੜ੍ਹੀ ਜਿਹੜੀ ਉਹਨਾਂ ਦਾ ਟਾਈਮ ਪੀਰੀਅਡ ਸੀ ਕੁਆਰੰਟਾਈਨ ਹੋਣ ਤੋਂ ਬਾਅਦ, ਉਹਨਾਂ ਨੇ ਫਿਰ ਆਪਦਾ ਕੰਮ ਜਿਹੜਾ ਸ਼ੁਰੂ ਕਰ ਦਿੱਤਾ ਅਤੇ ਆਪਦਾ ਕੰਮ ਤਸੱਲੀ ਨਾਲ ਲਵਾਉਂਦੇ ਰਹੇ। ਮੈਂ ਆਪਣੇ ਸਟਾਫ ਨਾਲ ਜਿਹੜਾ ਕਿ ਰੋਜ਼ ਹਰ ਸਮੇਂ ਹਰ ਤਰ੍ਹਾਂ ਦੇ ਮਰੀਜ਼ ਦੇ ਨਾਲ ਰਾਬਤਾ ਰੱਖਦਾ, ਅਤੇ ਉਹਨਾਂ ਦੇ ਵਿੱਚ ਕੋਈ ਪੋਜ਼ਿਟਿਵ ਵੀ ਹੋ ਸਕਦਾ, ਲੋਕ ਉਹਨਾਂ ਨਾਲ ਜੇ ਉੱਚਾ ਨੀਵਾਂ ਵੀ ਬੋਲਦੇ ਆ ਤਾਂ ਉਹ ਇੰਨੀ ਹਲੀਮੀ ਨਾਲ ਗੱਲ ਕਰਕੇ, ਉਹਨਾਂ ਨਾਲ ਤਰੀਕੇ ਨਾਲ ਗੱਲ ਕਰਕੇ, ਉਹਨਾਂ ਨੂੰ ਸਹੀ ਤਰੀਕੇ ਨਾਲ ਗਾਈਡ ਕਰਦੇ ਆ। ਲੇਬਰ ਰੂਮ ਦੇ ਵਿੱਚ, ਵਾਰਡਾਂ ਦੇ ਵਿੱਚ, ਐਮਰਜੈਂਸੀ ਡਿਊਟੀ ਦੇ ਵਿੱਚ ਵੀ ਮੇਰਾ ਜਿਹੜਾ ਲੇਡੀਜ਼ ਸਟਾਫ ਹੈ, ਨਰਸਿੰਗ ਸਟਾਫ ਹੈ, ਉਹ ਤਨਦੇਹੀ ਨਾਲ ਕੰਮ ਕਰ, ਉਹਨਾਂ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਸਾਡੇ ਜਿਹੜੇ ਮਰੀਜ਼ ਹੈ ਉਹ ਸੈਟਿਸਫਾਈ ਹੋ ਕੇ, ਅਤੇ ਉਹਨਾਂ ਦਾ ਹਰ ਤਰ੍ਹਾਂ ਦੀ ਮੈਡੀਕਲ ਸੁਵਿਧਾ ਜਿਹੜੀ ਹੈ ਅਵੇਲੇਬਲ ਹੈ ਉਹ ਉਹਨਾਂ ਨੂੰ ਮੁਹੱਈਆ ਕਰਵਾਈ ਜਾਵੇ ਅਤੇ ਮਿਲੇ। ਮੈਂ ਇਸ ਨਰਸਿੰਗ ਡੇ 'ਤੇ ਉਹਨਾਂ ਸਾਰਿਆਂ ਨੂੰ ਫਿਰ ਵਾਰੀ ਵਾਰੀ ਵਧਾਈ ਦਿੰਦਾ। ਜੋ ਟੀਚੇ ਹੈ ਉਹਨਾਂ ਦਾ, ਜੋ ਪ੍ਰੋਫੈਸ਼ਨ ਹੈ, ਉਹ ਮਾਨਵਤਾ ਦੇ ਪ੍ਰਤੀ ਉਹਨਾਂ ਦਾ ਜਿਹੜਾ ਹੌਸਲਾ।